ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਡੱਬ ਵਾਲੀ ਸ਼ਹਿਰ ਦੇ ਵਿੱਚ ਹਰਿਆਣਾ ਕਿਸਾਨ ਏਕਤਾ ਦੀ ਟੀਮ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ, ਜੋ ਕਿ ਪੁਲਵਾਮਾ ਦੇ ਵਿੱਚ 40 ਤੋਂ ਵੱਧ ਫੌਜੀ ਵੀਰ ਸ਼ਹੀਦ ਹੋਏ ਸੀਗੇ, ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅਤੇ ਜੋ ਸਾਡੇ ਕਿਸਾਨ ਵੀਰ ਬਾਰਡਰਾਂ 'ਤੇ ਡਟੇ ਹੋਏ ਨੇ ਉਹ ਸ਼ਹੀਦ ਹੋਏ ਸੀ, ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅੱਜ ਡੱਬ ਵਾਲੀ ਦੇ ਵਿੱਚ ਜੋ ਇੱਕ ਕੈਂਡਲ ਮਾਰਚ ਕੱਢਿਆ ਗਿਆ, ਉਹਦੇ ਵਿੱਚ ਸ਼ਹਿਰ ਵਾਸੀਆਂ ਦਾ ਅਤੇ ਨੇੜੇ ਦੇ ਪਿੰਡਾਂ ਦਾ ਬਹੁਤ ਵੱਡਾ ਸਾਥ ਸੀਗਾ। ਸੋ ਅਸੀਂ ਸਾਰੇ ਹੀ ਭਰਾਵਾਂ ਦਾ ਧੰਨਵਾਦ ਕਰਦੇ ਹਾਂ, ਮਾਤਾਵਾਂ ਦਾ, ਭੈਣਾਂ ਦਾ, ਜੋ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।